ਮੈਨੂੰ ਲੱਗਦਾ ਵੀ ਆਪਣੀ ਜ਼ਮੀਨ ਦੇ ਥੱਲੇ ਤੇਲ ਦੇ ਖੂਹ ਨੇ ਡੁੱਬ ਕੇ ਮਰ ਜਾ ਫਿਰ ਇਹਦੇ ਚ। ਜਗਜੀਤ ਸੰਧੂ ਬਾਈ ਦੀ ਤੇ ਭੋਲਾ ਜਿਹੜਾ ਕਰੈਕਟਰ ਹੈਗਾ ਬਾਈ ਉਹ ਮਤਲਬ ਬਾਈ ਦੇ ਹੱਡਾਂ 'ਚ ਬੈਠ ਗਿਆ, ਮਤਲਬ ਇਹ ਕਰੈਕਟਰ ਨਾਲ ਬੰਦੇ ਨੂੰ ਪਛਾਣ ਮਿਲੀ ਹੈਗੀ ਅਸਲੀ, ਅਤੇ ਮਤਲਬ ਬੰਦੇ ਦਾ ਅਸਲੀ ਨਾਂ ਮੈਨੂੰ ਵੀ ਹਾਲੇ ਤੱਕ ਨਹੀਂ ਯਾਰ ਚੰਗੀ ਤਰ੍ਹਾਂ ਕਲੀਅਰ ਸੀਗਾ, ਜਗਜੀਤ ਸੰਧੂ ਬਾਈ ਦਾ, ਅਤੇ ਮੈਂ ਭੁੱਲ ਜਾਂਦਾ ਜਾਣੀ ਕਿ ਭੋਲਾ ਪਰ ਯਾਦ ਰਹਿੰਦਾ ਗਾ ਹਮੇਸ਼ਾ ਹੈ ਨਾ। ਅਤੇ ਫਿਲਮ ਹੈਗੀ ਬਾਈ, ਦੇਖਦਾਂਗੇ ਬਾਈ ਟ੍ਰੇਲਰ ਕਿਵੇਂ ਹੁੰਦਾ ਗਾ ਇਹਦਾ ਅਤੇ ਕੀ ਕੁਛ ਦੇਖਣ ਨੂੰ ਮਿਲੂਗਾ ਆਪਾਂ ਨੂੰ ਫਿਲਮ ਦੇ ਵਿੱਚ। ਅਤੇ ਬਾਕੀ ਮਤਲਬ ਉਹ ਤਾਂ ਨਿੱਕਾ ਜਿਹਾ ਕਰੈਕਟਰ ਦੇਖ ਕੇ ਇੰਨਾ ਸਵਾਦ ਆਉਂਦਾ ਸੀਗਾ, ਜਦੋਂ ਇੱਕ ਪੂਰੀ ਫਿਲਮ ਦੇਖਾਂਗੇ ਆਪਾਂ ਭੋਲੇ ਕਰੈਕਟਰ ਦੀ ਤਾਂ ਮੇਰੇ ਹਿਸਾਬ ਨਾਲ ਪੂਰਾ ਫੁੱਲ ਸਵਾਦ ਆਊਗਾ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਮਹਿੰਗੀ ਦਾਰੂ ਕਿਹੜੀ ਹੈ? ਸਾਰੀਆਂ ਮਹਿੰਗੀਆਂ ਨੇ। ਸਭ ਤੋਂ ਮਹਿੰਗੀ 10,000 ਦੀ ਆ। ਬਸ ਦੋ ਪੰਜਾਬ ਦੇ ਅਧੀਏ ਤੇ ਪੰਜਾਬ ਨਾਲ ਗੱਦਾਰੀ ਨਹੀਂ, ਪੰਜਾਬ ਨਾਲ ਗੱਦਾਰੀ ਨਹੀਂ ਹੈ। ਸਭ ਲੱਛਣ ਜਾਣਦਾ ਤੇਰੇ ਮੈਂ ਬਾਪੂ, ਤੂੰ ਇਹਦੇ ਨਾਲ ਜ਼ਮੀਨ ਲਵਾ ਕੇ ਮੇਰੇ ਹੱਥ ਵੜਤੇ। ਜ਼ਮੀਨ ਤਾਂ ਐਂ ਕਹਿੰਦਾ ਜਿਵੇਂ 100 ਕਿੱਲੇ ਹੋਵੇ, ਅੱਧਾ ਕਿੱਲਾ ਉਹ ਵੀ ਬੰਜਰ। ਤੇਰੀ ਮਾਂ ਤੂੰ ਉਹੀ ਭੁੱਲ ਲੈ ਜਿਹਦੇ ਕੋਲ ਸਕੂਲ 'ਚ ਮਾਸਟਰ ਨੇ ਪੁੜੀ ਫੜੀ ਸੀ। ਪੁੜੀ ਤਾਂ ਅੱਜ ਵੀ ਜੇਬ 'ਚ, ਪਰ ਮਾਸਟਰ ਮਰ ਗਿਆ ਉਹ। ਕੰਜਕਾਂ ਨੇ ਇਹ ਪੂਜਾ ਕਰੀ ਦੀ ਇਹਨਾਂ ਦੀ, ਮਾਫੀ ਮੰਗੋ ਤੋ। ਚੱਲ ਸੋਰੀ ਯਾਰ, ਕੈਨੇਡਾ ਜਾ ਕੇ ਮੁੱਕਰ ਜੀ। ਅੱਜ ਤਰੱਕੀ ਖੁਦ ਚੱਲ ਕੇ ਸਾਡੇ ਦਰਵਾਜੇ ਆਈ ਆ, 1 ਕਿੱਲੇ ਦਾ 2 ਕਰੋੜ ਮਿਲ ਰਿਹਾ। ਬਾਬੇ ਆ ਆਪਣਾ ਪਿੰਡ ਛੰਨਾ, ਆਪਣਾ ਪਿੰਡ ਵੀ ਛੰਨਾ 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 ਗੁਲਾਬ ਸਿੰਘ, ਉਹਦੇ ਤੇ ਬਣੀ ਆ ਫਿਲਮ ਇਹ। ਇਹ ਸੈਕਟਰ ਬਣਨਾ, ਇਹ ਸਭ ਕੁਝ ਤੇਰਾ ਹੋ ਸਕਦਾ। ਉਹ ਮੇਰਾ ਕਿਵੇਂ ਹੋ ਜਾਊਗਾ? ਤੇਰੀ ਕੋਈ ਗਰਲਫ੍ਰੈਂਡ ਹੈ? ਸਾਡੇ ਤਾਂ ਜੀ ਪਜਾਮੇ ਫਸਦੇ ਆ ਸਾਈਕਲ ਦੀਆਂ ਚੈਨਾਂ 'ਚ, ਕੁੜੀ ਨਹੀਂ ਫਸਦੀ ਸਾਡੇ ਨਾਲ ਕੋਈ। ਇਹ ਜਿਹੇ ਡਾਇਲੋਗ ਯਾਰ ਬਹੁਤ ਖਤਰਨਾਕ ਲੱਗਦੇ ਇਹਦੇ ਬਾਈ ਦੇ। ਮੈਨੂੰ ਲੱਗਦਾ ਵੀ ਆਪਣੀ ਜ਼ਮੀਨ ਦੇ ਥੱਲੇ ਤੇ ਆਹ ਸਿਗਨੇਚਰ ਭੱਜਣਾ ਬਾਈ ਦਾ, ਦੇਖੋ ਕਿਵੇਂ ਭਜਦਾ। ਫਸਦੀ ਸਾਡੇ ਨਾਲ ਕੋਈ, ਐਂ ਦੇ ਕਰਕੇ ਭਜਦਾ ਬੜਾ ਭੈੜਾ ਲੱਗਦਾ, ਖਤਰਨਾਕ ਲੱਗਦਾ ਮਤਲਬ ਉਹ ਕੰਮ। ਮੈਨੂੰ ਲੱਗਦਾ ਵੀ ਆਪਣੀ ਜ਼ਮੀਨ ਦੇ ਥੱਲੇ ਤੇਲ ਦੇ ਖੂਹ ਨੇ, ਡੁੱਬ ਕੇ ਮਰ ਜਾ ਫਿਰ ਇਹਦੇ ਚ। ਗੁੱਡ ਆਈਡੀਆ, ਤੂੰ ਮੈਨੂੰ ਪੰਜਾਬ ਦਾ ਐਲਨ ਮਸਕ ਲੱਗਦਾ, ਨਾ ਤਾਂ ਉਹਨੂੰ ਪਤਾ ਲੱਗਦਾ ਕਰਨਾ ਕੀ, ਨਾ ਤੈਨੂੰ ਪਤਾ ਲੱਗਦਾ। ਆ ਫੜ ਆਪਣੀ ਟੈਸਲਾ ਦੀ ਚਾਬੀ, ਪਹੁੰਚ ਜਾ ਜਿਹੜੇ ਚੰਨ ਤੇ ਪਹੁੰਚਣਾ। ਜਿੱਥੇ ਤੱਕ ਤੇਰੀ ਨਿਗਾਹ ਜਾਂਦੀ ਹੈ ਨਾ, ਉਦੋਂ ਵੀ ਗਾਹਾਂ ਤੱਕ ਜਿੰਨੀ ਜ਼ਮੀਨ ਹੈ ਸਾਰੀ ਦਾ ਮਾਲਕ ਭੋਲਾ। ਕੀਟ ਪਤੰਗਿਆਂ ਦੇ ਜਿੰਨੀ ਛੇਤੀ ਖੰਭ ਨਿਕਲਦੇ ਹਨ, ਝੜਦੇ ਵੀ ਉਨੀ ਛੇਤੀ। ਕੀਟ ਪਤੰਗਾ ਉੱਥੇ ਵੀ ਵੜ ਜਾਂਦਾ ਬਾਪੂ ਜਿੱਥੇ ਬਾਜ ਵੀ ਨਹੀਂ ਵੜ ਸਕਦਾ। ਹਿੱਲੀ ਨਾ, ਅਸਲੀ ਹੈ। ਹਿੱਲੀ ਨਾ, ਅਸਲੀ ਹੈ। ਹਿੱਲੀ ਨਾ, ਅਸਲੀ ਹੈ। ਆਹ ਦੇਖ ਲਓ 45 ਬੋਰ ਗੁੱਡਾ ਜਾਂ ਗੁੱਡੇ ਦੀ ਪੂਛ ਲਈ ਬੈਠਾ। ਟਿੰਗ ਟਿੰਗ ਟਿੰਗ
ਆ ਤਾਂ ਟੱਟੀ ਹੈ। ਇੱਥੇ ਰੱਖ ਪਾਇਆ, ਇੱਥੇ ਤਾਂ ਇੰਟਰਨੈਸ਼ਨਲ ਬਈ ਉਹ ਵੀ ਆ ਕੀ ਕਹਿੰਦੇ ਹੁੰਦੇ ਆ ਐਕਟਰਸ ਲੈ ਕੇ ਆਉਂਦੀ ਆ। ਐਡੀ ਕੀ ਮਜਬੂਰੀ ਪੈ ਗਈ ਸੀ ਬਾਈ ਇਹਨੂੰ ਲਿਆਉਣਾ ਪੈ ਗਿਆ ਤੁਹਾਨੂੰ ਵਿੱਚ ਯਾਰ ਇਹਦੇ। ਬਾਈ ਕਿੰਨੇ ਮਿਲਣਗੇ? ਤੈਨੂੰ 1000 ਬਾਈ ਪਾਸੇ ਹੋ, ਮੈਂ 5000 ਲੈ ਕੇ ਦਿਖਾਉਂਦਾ। ਅੱਛਾ ਅੱਛਾ, ਮਤਲਬ ਇਹਨਾਂ 'ਤੇ ਵੀ ਤਵਾ ਲਾ ਗਏ ਇਹ ਜਿਹੜੇ ਡਿੱਗਦੇ ਜੇ ਆ, ਇਹਨਾਂ 'ਤੇ ਵੀ ਤਵਾ ਲਾ ਗਏ ਬਾਈ ਇਹ। ਨਾਈਸ ਯਾਰ। ਸੋ ਬਸ ਬਾਈ ਇਹੀ ਸੀਗਾ ਬਾਈ ਟ੍ਰੇਲਰ, ਅਤੇ ਯਾਰ ਫਿਲਮ ਦੇਖ ਕੇ ਤਾਂ ਇਹ ਲੱਗ ਰਹੀ ਆ ਵੀ ਕਾਫੀ ਘਾਲਾ ਮਾਲਾ ਹੋਣ ਜਾ ਰਿਹਾ ਫਿਲਮ ਦੇ ਵਿੱਚ, ਅਤੇ ਫਿਲਮ ਦੇਖ ਕੇ ਸਵਾਦ ਆਊਗਾ, ਅਤੇ ਬਾਕੀ ਫਿਲਮ ਦੇਖੇ ਤੋਂ ਪਤਾ ਲੱਗੂਗਾ ਬਾਈ ਵੀ ਕੀ ਹੁੰਦਾ ਕੀ ਨਹੀਂ। ਪਰ ਇੰਨੀ ਗੱਲ ਮੈਂ ਜ਼ਰੂਰ ਹਾਂ ਬਾਈ, ਇੰਨਾ ਸ਼ੋਰ ਹੈਗਾ ਮੈਂ ਵੀ, ਨਿੱਕੀਆਂ ਨਿੱਕੀਆਂ ਗੱਲਾਂ ਨਾਲ ਬੰਦਾ ਹਸਾਉਂਦਾ ਜ਼ਰੂਰ ਰਹੂਗਾ ਸਾਰੇ, ਹੈ ਨਾ। ਮਤਲਬ ਸਟੋਰੀ ਜਿਹੋ ਜਿਹੀ ਮਰਜ਼ੀ ਹੋਵੇ ਉਹ ਫਿਲਮ ਦੇਖ ਕੇ ਪਤਾ ਲੱਗੂਗਾ ਆਪਾਂ ਨੂੰ, ਪਰ ਇਹ ਜਿਹੜਾ ਕਰੈਕਟਰ ਹੈਗਾ ਕਰੈਕਟਰ ਨੂੰ ਦੇਖ ਕੇ ਵੈਸੇ ਹੀ ਹਾਸਾ ਆ ਜਾਂਦਾ, ਇਹਦੇ ਮਤਲਬ ਹਰਕਤਾਂ ਹੀ ਇਹੋ ਜਿਹੀਆਂ ਕਰਨੀਆਂ, ਅਤੇ ਕੁੱਲ ਮਿਲਾ ਕੇ ਬੰਦੇ ਦਾ ਇੰਟਰਟੇਨਮੈਂਟ ਜ਼ਰੂਰ ਹੋਊਗਾ। ਅਤੇ ਬਾਕੀ ਬਾਈ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਟ੍ਰੇਲਰ, ਘੈਂਟ ਲੱਗਿਆ ਤਾਂ ਬਾਈ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਥੈਂਕਸ ਫੋਰ ਵਾਚਿੰਗ ਗਾਈਸ। Sauce steadily.